ਦੇਖੋ ਜਿਵੇਂ 30 ਤਰੀਕ ਨੂੰ ਹੀ ਬੰਦੇ ਭਾਰਤ ਇੱਕ ਨਵੀਂ ਆ ਰਹੀ ਆ ਆਪਾਂ ਨੂੰ, ਪਹਿਲਾਂ ਉਹੀ ਗੱਲ ਦੱਸ ਦਿੰਦਾ ਵੀ 10:15 ਉਹਨੇ ਬਹੁਤ ਵਧੀਆ ਟਾਈਮ ਆ ਜਿਹੜਾ ਕਿ ਉਰੇ ਰੇਲਵੇ ਸਟੇਸ਼ਨ 'ਤੇ ਉਹਨੇ ਖੜ੍ਹੇ ਹੀ ਹੋਣਾ, ਵਧੀਆ ਟ੍ਰੇਨ ਆ ਸਿੱਧੀ ਅਸ਼ੋਕ ਦੀ ਦਿੱਲੀ ਜਾਣਾ ਉਹਨੇ 1 ਵਜੇ ਤੱਕ ਉਹਨੇ ਪਹੁੰਚ ਜਾਣਾ। ਇਹੋ ਜਿਹੀ ਅਸੀਂ ਗੱਲਾਂ 500 ਕਰੋੜ ਰੁਪਈਆ ਰੇਲਵੇ ਸਟੇਸ਼ਨ 'ਤੇ ਲੱਗ ਰਿਹਾ ਹੈ ਜੀ, ਏਅਰਪੋਰਟ ਉੱਧਰ ਨਵਾਂ ਬਣ ਰਿਹਾ, ਐਲੀਵੇਟਰ ਰੋਡਾਂ ਸਾਰੀਆਂ ਸਾਰਾ ਕੁਝ ਕੰਪਲੀਟ ਹੋ ਗਿਆ, ਆ ਨਾਲ ਹੀ ਇੱਥੇ ਜਾਓ ਕਿਸ ਤਰੀਕੇ ਸਮਾਰਟ ਸਿਟੀ 'ਚ ਜਿਹੜਾ ਨਵਾਂ ਗੁਰੂ ਨਾਨਕ ਸਟੇਡੀਅਮ ਆ ਸਾਡਾ, ਉਹ ਸਿੰਥੈਟਿਕ ਟਰੈਕ ਲੱਗ ਰਹੇ ਆ, ਵੋਲੀ ਬਾਸਕਟਬਾਲ ਕਿੱਡੇ ਵੱਡੇ ਜਿਹੜੇ ਆ, 25-25 ਕਰੋੜ ਰੁਪਈਆ ਅਸੀਂ ਖਰਚ ਕਰ ਰਹੇ ਹਾਂ। ਮੈਂ ਆਪਣੇ ਵੇਲੇ ਹਜੇ ਹੋ ਕੀ ਰਿਹਾ ਉਹ ਦੇਖਣ ਵਾਲੀ ਗੱਲ ਆ, 650 ਕਰੋੜ ਰੁਪਈਆ ਬੁੱਢੇ ਨਾਲੇ ਲਈ ਦਰਿਆ ਲਈ ਕਦੇ ਆਇਆ ਹੀ ਨਹੀਂ ਸੀ, ਉਹ ਲੈ ਕੇ ਆ ਗਿਆ ਹੈ ਜੀ। ਅਤੇ ਇਹੋ ਜਿਹੀਆਂ ਗੱਲਾਂ 'ਤੇ ਮੁੱਦਿਆਂ 'ਤੇ ਇਲੈਕਸ਼ਨ ਜਿਹੜੀ ਲੜਾਂਗੇ। ਬਿੱਟੂ ਜੀ, ਆਖਰੀ ਸਵਾਲ, ਰਵਨੀਤ ਬਿੱਟੂ ਲੁਧਿਆਣਾ ਤੋਂ ਹੀ ਕਾਂਗਰਸ ਦੇ ਕੈਂਡੀਡੇਟ ਹੋਣਗੇ ਲੋਕ ਸਭਾ ਦੇ ਇਲੈਕਸ਼ਨ ਦੇ ਲਈ, ਜਾਂ ਕਿ ਹਾਈ ਕਮਾਂਡ ਕਿਸੇ ਹੋਰ ਜਗ੍ਹਾ ਤੋਂ ਡਿਊਟੀ ਲਾਉਂਦੀ ਹੈ ਤਾਂ ਬਦਲਿਆ ਵੀ ਜਾ ਸਕਦਾ ਜੀ? ਫਿਰ ਆਪਣੇ ਘਰੇ ਬੈਠਾਂਗੇ ਜੀ ਆਰਾਮ ਦੇ ਨਾਲ, ਲੁਧਿਆਣੇ ਦੀ ਹੀ ਸੇਵਾ ਕਰਨੀ। ਹਾਂ, ਜੇ ਲੁਧਿਆਣੇ ਪਾਰਟੀ ਟਿਕਟ ਦੇਵੇਗੀ ਨਹੀਂ ਫਿਰ ਪਾਰਟੀ, ਜਿਵੇਂ ਤੁਸੀਂ ਆਸ਼ੂ ਅਜੀ ਵਾਲੀ ਗੱਲ ਕਰ ਰਹੇ ਸੀ, ਫਿਰ ਆਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਕਰਕੇ ਪਾਰਟੀ ਦੀ ਸੇਵਾ ਕਰਾਂਗੇ।